जागृति हेडलाइन देख रहे सारे ही दर्शकों का स्वागत है। मैं अवतार गया। सो अज आप पहुंचे हाँ मनुखता की सेवा फाउंडेशन हसनपुर लुधियाना विखे, जिथे कि बहुत सारे जरूरतमंद लोगों की सेवा की जाती है। बहुत सारे मंदबुद्धि व्यक्तियों इत्थे लिया के उन्हों का जी टेक केयर की जाती है। सो इस ही तरी संबंध में अज चढ़दा पंजाब क्लब सैक्रामेंटो वालों वडमुलियां सेवावां भेजिया गई। सो गलबात करते हाँ गुरप्रीत सिंह मिंटू और चढ़दा पंजाब सैक्रामेंटो क्लब के मैंबर। हाँ जी, सत श्री अकाल भाई। सत श्री अकाल भाई जी। मैं खालसा भाई। हाँ जी, चढ़दा पंजाब सैक्रामेंटो USA तो अज सेवा पहुंची है, की कहना चाहोगे जी? ਅਲੰਦਾ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਚੜ੍ਹਦਾ ਪੰਜਾਬ ਸੈਕਰਾਮੈਂਟੋ ਕਲੱਬ ਦਾ, ਜਿਨ੍ਹਾਂ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਜਿਨ੍ਹਾਂ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚ ਸੇਵਾ ਭੇਜੀ ਹੈ। ਵੀਰ ਜੀ ਉਹ ਸਾਡੇ ਕੋਲ ਸਪੈਸ਼ਲੀ ਪਹੁੰਚੇ ਨੇ, ਸਾਡੇ ਬ੍ਰਦਰ, ਇਹਨਾਂ ਨੂੰ ਮਹਾਰਾਜ ਲੰਬੀ ਜ਼ਿੰਦਗੀ ਬਖਸ਼ੀ। ਸਾਡੇ ਸੁਪਨਿਆਂ ਦੇ ਘਰ ਵਿੱਚ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਇੱਕ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਜਿਹੜਾ ਇੱਕ ਫਰਜ਼ ਨਿਭਾਉਣ ਵਾਸਤੇ ਸਾਡੀਆਂ ਡਿਊਟੀਆਂ ਲਾਈਆਂ। 500 ਤੋਂ ਵੱਧ ਮੈਂਬਰਾਂ ਦਾ ਪਰਿਵਾਰ ਰਹਿੰਦਾ, ਇਹਦੇ ਵਿੱਚ ਸਾਡੀਆਂ ਜ਼ਰੂਰਤਾਂ ਜਿਹੜੀਆਂ ਰਾਸ਼ਨ, ਕੱਪੜੇ, ਦਵਾਈਆਂ, ਬਿਲਡਿੰਗ ਦਾ ਮਟੀਰੀਅਲ, ਸੀਮੈਂਟ, ਸਰੀਆ, ਰੇਤਾ, ਬਜਰੀ, ਜਿਵੇਂ ਨਵੀਂ ਬਿਲਡਿੰਗ ਵੀ ਬਣਦੀ ਆ, ਹਰ ਜ਼ਰੂਰਤ ਆ ਜਿਹੜੀ ਉਹ ਸੰਗਤ ਰਾਹੀਂ ਪੂਰੀ ਹੁੰਦੀ ਹੈ। ਮਨੁੱਖਤਾ ਦੀ ਸੇਵਾ ਪਰਿਵਾਰ ਕੋਈ ਵੀ ਪੈਸਾ ਕੈਸ਼ ਦੇ ਰੂਪ ਵਿੱਚ ਨਹੀਂ ਲੈਂਦੇ, ਸਿਰਫ ਚੀਜ਼ਾਂ ਲਈਆਂ ਜਾਂਦੀਆਂ, ਜਿਵੇਂ ਸਮਾਨ ਚਾਹੀਦਾ ਹੁੰਦਾ ਜਾਂ ਉਹਨਾਂ ਦੇ ਬਿੱਲ ਦੇਣ ਵਾਲੇ ਹੁੰਦੇ, ਜਿੱਥੇ ਸੰਗਤ ਉੱਥੇ ਬਿੱਲ ਦੇ ਸਕਦੇ ਨੇ। ਅੱਜ ਉਸੇ ਕੜੀ ਦੇ ਵਿੱਚ ਵੀਰ ਜੀ ਹੁਣੇ ਕਲੱਬ ਵੱਲੋਂ, ਸੈਕਰਾਮੈਂਟੋ ਕਲੱਬ ਵੱਲੋਂ, ਸਾਡੇ ਇੱਥੇ ਜਿੱਥੋਂ ਅਸੀਂ ਸੀਮਿੰਟ ਸਰੀਆ ਚੱਕਦੇ ਹਾਂ ਉੱਥੇ ਬਿੱਲ ਪੇ ਕਰਕੇ ਜਾ ਰਹੇ ਨੇ 4,65,000 ਰੁਪਈਆ, ਅਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ। ਇਹ ਜਿਹੜਾ ਸਰ ਤੁਸੀਂ ਮਨੁੱਖਤਾ ਦੀ ਸੇਵਾ ਫਾਊਂਡੇਸ਼ਨ ਚਲਾਈ ਆ, ਮਾਇੰਡ ਵਿੱਚ ਕੀ ਚੱਲਿਆ ਸੀਗਾ ਜਿਹਦਾ ਕਰਕੇ ਇਹ ਤੁਸੀਂ ਕੰਮ ਸ਼ੁਰੂਆਤ? ਨਹੀਂ ਵੀ ਜੀ, ਮਨ 'ਚ ਤਾਂ ਕੁਛ ਵੀ ਨਹੀਂ ਚੱਲਿਆ। ਅਸੀਂ ਤਾਂ ਕਲਯੁਗੀ ਪਾਪੀ ਬੰਦੇ, ਬਿਜ਼ਨਸ ਚਲਾਉਣ ਦੇ ਚੱਕਰ 'ਚ ਢਾਬਾ 'ਚ ਰੈਂਟ 'ਤੇ ਲਿਆ ਸੀ ਲੀਜ਼ 'ਤੇ, ਅਤੇ ਦਰਾਹੇ ਦੇ ਕੋਲ ਦਿੱਲੀ ਰੋਡ 'ਤੇ, ਜਿਹੜਾ ਜਿਹੜਾ ਰੋਡ ਦਿੱਲੀ ਨੂੰ ਜਾਂਦਾ ਲੁਧਿਆਣੇ ਤੋਂ। ਉਹ ਢਾਬੇ 'ਤੇ ਇੱਕ ਦਿਨ ਇੱਕ ਵਕਤ ਦਾ ਮਾਰਿਆ ਹੋਇਆ ਇਨਸਾਨ ਆ ਕੇ ਡਿੱਗ ਪਿਆ, ਉਹਨੂੰ ਡਰੱਗ ਹੋਇਆ ਹੋਇਆ ਸੀ, ਪੈਰਾਲਾਈਜ਼ ਹੋਇਆ ਹੋਇਆ ਸੀ। ਉਹਦੀ ਹਾਲਤ ਇੰਨੀ ਮਾੜੀ ਸੀ ਕਿ ਮੇਰੀ ਥਾਂ 'ਤੇ ਕੋਈ ਹੋਰ ਵੀ ਹੁੰਦਾ ਉਹਨੂੰ ਜ਼ਰੂਰ ਚੱਕਦਾ। ਅਸੀਂ ਵੀ ਉਹਨੂੰ ਚੱਕਿਆ, ਚੱਕ ਕੇ ਉਹਨੂੰ ਨਵਾ ਕੇ ਉਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ 'ਤੇ ਪਾਤੀਆਂ, ਵੀ ਯਾਰ ਇਹਨੂੰ ਕੋਈ ਪਹਿਚਾਣਦਾ ਤਾਂ ਜੇ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਕਰੋ। ਉਹਦਾ ਘਰ ਲੱਭ ਗਿਆ, ਦੂਸਰੇ ਦਿਨ ਉਹਦਾ ਬ੍ਰਦਰ ਨੂੰ ਲੱਭਦਾ ਉੱਥੇ ਸਾਡੇ ਕੋਲ ਪਹੁੰਚਿਆ। ਜਦੋਂ ਤਾਂ ਉਹਨੇ ਦੇਖਿਆ ਵੀ ਇਹਨੂੰ ਤਰੰਗ ਹੋਇਆ ਤਾਂ ਲੈਟਰਿਨ ਬਾਥਰੂਮ ਵਿੱਚ ਹੀ ਕਰਦਾ, ਉਹ ਲੈ ਕੇ ਨਹੀਂ ਗਿਆ, ਉਹ ਦੇਖ ਕੇ ਵਾਪਸ ਚਲਾ ਗਿਆ ਉਹਨੂੰ ਢਾਬੇ 'ਤੇ ਛੱਡ ਗਿਆ ਸਾਡੇ 'ਤੇ। ਉਹ ਬਹੁਤ ਹੀ ਵਿਚਾਰਾ ਵੀਕ ਸੀ, ਕਮਜ਼ੋਰ ਸੀ, ਤਰੰਗ ਹੋਇਆ ਸੀ, ਚੱਲ ਵੀ ਨਹੀਂ ਸਕਦਾ ਸੀ। ਅਸੀਂ ਉਹਨੂੰ ਰੋਟੀ ਪਾਣੀ ਖਵਾਉਣੀ ਸ਼ੁਰੂ ਕਰਤੀ, ਦਵਾਈ ਦਵਾਰੂ ਦਵਾਤੀ, ਉਹ ਮਹੀਨੇ ਡੇਢ ਮਹੀਨੇ ਦੇ ਵਿੱਚ ਥੋੜ੍ਹਾ ਤੁਰਨ ਫਿਰਨ ਲੱਗ ਗਿਆ, ਜਿਹਦੇ ਨਾਲ ਸਾਨੂੰ ਵੀ ਅੰਦਰੋਂ ਮੋਟੀਵੇਸ਼ਨ ਮਿਲੀ, ਮਨ ਚੰਗਾ ਲੱਗਿਆ ਵੀ ਇੱਕ ਇਨਸਾਨ ਦੀ ਜ਼ਿੰਦਗੀ ਬਚ ਗਈ, ਜੋ ਕਿ ਅੱਜ ਵੀ ਸਾਡੇ ਕੋਲ ਹੀ ਰਹਿੰਦਾ ਇੱਥੇ ਅਰਨ ਕੁਮਾਰ ਸ਼ੁਕਲਾ ਵੀਰ। ਉਹ ਫਿਰ ਢਾਬੇ 'ਤੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਮਿਲਣਾ ਜਿਹੜਾ ਬਹੁਤ ਲਿਪੜਿਆ ਤਿਪੜਿਆ, ਕਮਲਾ ਰਮਲਾ, ਜਟਾਵਾਂ ਬਣੀਆਂ, ਗੰਦੇ ਕੱਪੜੇ ਪਾਏ ਹੋਣੇ, ਅਸੀਂ ਉਹਨੂੰ ਉੱਥੇ ਬਿਠਾ ਕੇ ਪਸ਼ਾਦਾ ਪਾਣੀ ਛਕਾਉਣਾ ਸ਼ੁਰੂ ਕਰਤਾ। ਫਿਰ ਬਹੁਤ ਸਾਰੇ ਇੱਦਾਂ ਦੇ ਮੈਂਬਰ ਆਉਣ ਲੱਗ ਗਏ ਢਾਬੇ 'ਤੇ ਸਾਡੇ ਰੋਟੀ ਪਾਣੀ ਛਕਣ ਵਿਚਾਰੇ, ਤਾਂ ਫਿਰ ਕਈਆਂ ਦੀ ਹਾਲਤ ਇੰਨੀ ਮਾੜੀ ਹੋਣੀ, ਕਿਸੇ ਦੇ ਜ਼ਖਮ ਹੋਣੇ ਜਾਂ ਕਿਸੇ ਦੇ ਸੱਟ ਲੱਗੀ ਆ ਜਾਂ ਕੋਈ ਬਲਾਈਂਡ ਆ, ਅਸੀਂ ਉਹਨੂੰ ਉੱਥੇ ਜਗ੍ਹਾ ਦੇਣੀ ਸ਼ੁਰੂ ਕਰਤੀ, ਵੀ ਮੰਜਾ ਬਿਸਤਰਾ ਦੇ ਦੇਣਾ, ਚਲੋ ਰੋਟੀ ਪਾਣੀ ਦੇਤੀ, ਦਵਾਈ ਦਾਰੂ ਦੇਤੀ, ਫਿਰ ਕੁਛ ਬੰਦੇ ਰਹਿਣ ਲੱਗ ਗਏ ਸਾਡੇ ਕੋਲ ਆ ਕੇ ਉੱਥੇ। ਤਾਂ ਫਿਰ ਇੱਦਾਂ ਹੀ ਗੁਰੂ ਦੀ ਕਿਰਪਾ ਨਾਲ 16-17 ਬੰਦੇ ਸਾਡੇ ਢਾਬੇ 'ਤੇ ਰਹਿਣ ਲੱਗ ਗਏ। ਢਾਬੇ ਦਾ ਜਿਹੜਾ ਮਾਲਕ ਸੀ ਉਹ ਰੈਂਟ 'ਤੇ ਲਿਆ ਸੀ ਢਾਬਾ, ਉਹਨੇ ਥੋੜ੍ਹਾ ਇਤਰਾਜ਼ ਜਤਾਉਣਾ ਸ਼ੁਰੂ ਕੀਤਾ ਵੀ ਇਹ ਮੇਰੇ ਢਾਬੇ 'ਤੇ ਤਾਂ ਬੰਦੇ ਰੱਖ ਰਹੇ, ਤਾਂ ਅਸੀਂ ਆਪਣੇ ਖੇਤ ਦੇ ਵਿੱਚ ਲਿਆ ਕੇ ਰੱਖਣੇ ਸ਼ੁਰੂ ਕਰਤੇ। ਸੋਸ਼ਲ ਮੀਡੀਆ 'ਤੇ ਜਦੋਂ ਵੀ ਉਹਨਾਂ ਦੀ ਕੋਈ ਫੋਟੋ ਸ਼ੇਅਰ ਕਰਦੇ ਸੰਗਤ ਬਹੁਤ ਐਪਰੀਸ਼ੀਏਟ ਕਰਦੀ, ਬਹੁਤ ਸਾਰੇ ਵੀਰਾਂ ਦੇ ਘਰ ਲੱਭਣ ਲੱਗ ਗਏ, ਬਹੁਤ ਸਾਰੇ ਮੈਂਬਰ ਘਰਾਂ ਨੂੰ ਜਾਣ ਲੱਗ ਗਏ, ਉਹਨਾਂ ਦੇ ਪਰਿਵਾਰ ਆ ਕੇ ਲੈ ਜਾਂਦੇ ਸੀ ਉਹਨਾਂ ਨੂੰ। ਬਸ ਇੱਦਾਂ ਕਰਦੇ ਕਰਦੇ ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ। 3,000 ਤੋਂ ਵੱਧ ਬੰਦਾ ਹੁਣ ਤੱਕ ਆਪਣੇ ਘਰਾਂ 'ਚ ਜਾ ਚੁੱਕਿਆ ਵਾ, ਇਹ ਆਪਣੇ ਖੇਤ ਦੇ ਵਿੱਚ ਹੀ ਅਸੀਂ ਇੱਕ ਸੁਪਨਿਆਂ ਦਾ ਘਰ ਬਣਾਇਆ ਹੋਇਆ ਵਾ, ਅਤੇ ਹੁਣ 500 ਤੋਂ ਵੱਧ ਮੈਂਬਰ ਸਾਡੇ ਕੋਲ ਇੱਥੇ ਰਹਿ ਵੀ ਰਹੇ ਨੇ, ਅਤੇ 600 ਮੈਂਬਰਾਂ ਦੇ ਕਰੀਬ ਬਾਪੂ ਬਜ਼ੁਰਗਾਂ ਦੀ ਅਤੇ ਮਾਵਾਂ ਦੀ ਸਾਡਿਆਂ ਦੀ ਮੌਤ ਵੀ ਹੋ ਚੁੱਕੀ ਹੈ ਇੱਥੇ ਸਾਡੇ ਕੋਲ, ਜਿਨ੍ਹਾਂ ਦੇ ਅੰਤਿਮ ਸੰਸਕਾਰ ਵੀ ਅਸੀਂ ਇੱਥੇ ਪਿੰਡ ਸ਼ਮਸ਼ਾਨ ਘਾਟ 'ਚ ਕਰਦੇ ਹਾਂ। ਉਹਨਾਂ ਦੇ ਸਹਿਜ ਪਾਠ ਦੇ ਪਾਠ ਪ੍ਰਕਾਸ਼ ਕਰਾ ਕੇ 10 ਦਿਨਾਂ ਬਾਅਦ ਭੋਗ ਪਾਉਂਦੇ ਹਾਂ, ਉਹਨਾਂ ਦੇ ਫੁੱਲ ਦਾ ਜਿਹੜੀਆਂ ਅਸਥੀਆਂ ਜਲ ਪ੍ਰਵਾਹ ਕਰਕੇ ਆਉਂਦੇ ਹਾਂ ਪਟਾਣਾ ਸਾਹਿਬ ਗੁਰੂ ਘਰ। ਨਹੀਂ ਕਿ ਸਾਡੀ ਕੋਸ਼ਿਸ਼ ਆ ਜਿੱਦਾਂ ਕੱਲ੍ਹ ਨੂੰ ਸਾਡੇ ਨਾਲ ਕਿਤੇ ਇਸ ਦੁਨੀਆਂ 'ਤੇ ਜਦ ਤੱਕ ਰਹੇ ਸਾਡਾ ਫਰਜ਼ ਬਣਦਾ ਉਹ ਨਿਭਾਈਏ, ਜੋ ਕੱਲ੍ਹ ਨੂੰ ਸਾਡਿਆਂ ਨੇ ਸਾਡੇ ਨਾਲ ਕਰਨਾ, ਸੰਸਕਾਰ ਕਰਨਾ, ਆਖਰੀ ਕਿਰਿਆਕ੍ਰਮ ਕਰਨੇ,
वह असी इन्हों के रीति रिवाज मुताबिक इज्जत माण के सत्कार नाल करते बच्चे भी साढ़े को स्कूलों पढ़ते हैं 24 बच्चे जोड़े बहुत हुशियार ने फस्ट सैकंड आते हैं बच्चे खेडों के भी बहुत सारे बच्चे साढ़े माण प्राप्त करते साडियां मावां भैणां साडे नौजवान वीर असी रल के एक सुपनियां दे घर विच सेवा करते हैं बहुत सारे मरीज ठीक होकर साडे नाल सेवा करा रहे हैं जिहड़े अज्ज साडे सुपनियां दे घर की 60% सेवा वो अपने हत्थी करते हैं चाहे वह सब्जी दाल बनाउण वाला लांगड़ी सिंह आ चाहे कपड़े धोण वाला जां कपड़े प्रैस करन वाला वीर आ चाहे प्रशादा छकाउण वाला वीर आ गुरु घर दे विच सेवादार ने साडे बड़ी कृपा गुरु साहब की जिहड़ी सेवा हो रही है पर असी कर नहीं रहे जिवें तुसीं पुछिया तुहाडे मन च किवें आया साडे कोई मन च नहीं आया ये महाराज सच्चे पातशाह ने कोई साडा पिछले कर्मां दा फल दित्ता सानू जिहड़ा कन्नों फड़ के सानू सेवा ते लाता असी कर रहे हां पर ये कीती नहीं जा सकदी ये हो रही है करन करवाउण वाला तां उही है सब तो लोकां नूं की सुनेहा देना चाहोगे सेवा बारे सुनेहा तां संगत नूं इही है जी भी इदां दे जिहड़े सुपनियां दे घर बन रहे ने अज्ज बहुत सारियां संस्थावां होण जा रहियां तो मैं तो बेनती करना भी ये बंद हो जाने चाहिए साडा भी सुपनिया का घर बंद हो जाना चाहिए इदा के घर साढ़े पंजाब के मत्थे ते दाग ने साडे समाज के मत्थे ते दाग ने ये घर जो असं किसी सोशल मीडिया से वीडियो पाने किसी माँ की किसी बापू की भी अपना ही मल मूत्र खाई जाता अपने घर च पिया या माँ के दुध च कीड़े पै गए ब्रेस्ट कैंसर हो गया तो शर्म आती है दुख लगता भी असं की गल कर रहे हैं यदा हल की है हल यही आ भी असं अपने भैन भरावान खास करके इन्होंने भैन भरावान बेनती कर रहे हैं भी आप अपने पिंड झात मारो आप अपने गली महल जिते तुम जमे पले हो उत्थे लोगों की मदद करो जरूर करो पार्टीबाजी तो उपर उठ के बंद कमियां ना देखो कमियां ने तो असं भरे पे हैं कोई शराब पींदा कोई नशे करता कोई होर तरह का किसी न कोई ऐब आ आप सोचते हैं भी ये तो बंदा ही यह जी मदद की करनी पर नहीं पर बच्चों का वो माँ बाप का की कसूर है जो बंदा गलत है साडा फर्ज बनता असं उन्होंने मदद करिए उन्होंने कमियां दरकिनार करके उन्होंने कोशिश करिए भी उन्होंने परिवार की बच्चों की उत्थे मदद हो जाए साडे वर्गिया संस्थावान उत्थे जाके इदा उन्होंने रेस्क्यू करके ना लिया पवे इस तरह के घर ना बन इस तरह के लोग सानू सड़कों पर जां अपने पिंडां च गलियां महल्लियां च लिबास ना लैन जी असीं सारे कोशिश करिए तो कोशिश का हल रंग आप ही लैके आऊगी जे असी सारे अपने जी जान मदद करिए अपने आस पास लोगों को बहुत शुक्रिया थोड़ा धन्यवाद थैंक यू शब्द है पंजाब का बहुत बहुत धन्यवाद शुक्रिया हाँ जी बाबा जी की नाम अपना वाहगुरु जी का खालसा वाहगुरू जी की फतेह संदीप सिंह बाबा जी अज किस संबंध में आए हो मनुखता की सेवा अज असी मनुखता की सेवा की है जी वीडियो देखी हैगी तो इतने जिदा अं देखा आ भी कई हस्पता के पैसे जोड़े देने पे आ जे आप नवी इमारत बनते उन्होंने बजरी सीमेंट जोड़ा रेता के पैसे देने वाले आ इन्हों की वीडियो असी देखी हैगी अपने गुरप्रीत भीरे की तो असी मूवी देख के असी अमेरिका के साढ़े बूटे चाचा जी है वही उन्होंने बेनती की तो उन्होंने सारा क्लब सैक्रामेंटो चढ़दा पंजाब क्लब उन्होंने गांह सारे बेनती की जिन्होंने 465,000 रुपया जो भेजा आ असी उन्होंने दिलों धन्यवाद करते हैं जो सैक्रामेंटो वाले का जिन्होंने भी ये जी सेवा जी भेजी आ तन मन के नाल भाजी हुई अपने आए आ उतों अमेरिका तो इन्होंने देखे इतने आके तो भाजी ने भी देखा भी जोड़ा उत्थे बहुत ज़्यादा पैसा जोड़ा आ फजूल जोड़ा आप खराब करते हैं वो ये चीज़ा जगह पर लगना चाहिए आ भी सारे भाजी कहता गांह भी जाके असी दसांगे भी जोड़ा आ पैसा आ इतने बहुत वधिया ढंग ना लग रहा आ जोड़ा 500-600 बंदा आ जोड़ा रोज़ रोटी पानी जोड़ा मेडिकल होर भी कई खर्चे जोड़े बहुत चकने औखे हो जाते असी यही सारे NRI बेनती करते हैं भी जोड़ा चढ़ एन माया जी वध चढ़ के भेजो असी यही बेनती करते हैं वाहिगुरू जी का खालसा वाहिगुरू जी